ਚਿੱਠੀ ਨੂੰ ਜਾਰੀ ਕਰਕੇ ਅਕਾਲੀ ਦਲ ਦੇ ਵੱਲੋਂ ਕਾਂਗਰਸ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਦਰਸਲ ਇਸ ਚਿੱਠੀ ਦੇ ਵਿੱਚ ਕੁਝ ਨਾਮ ਲਿਖੇ ਗਏ ਨੇ ਔਰ ਮੁੱਖ ਤੌਰ ਤੇ ਜਿਸ ਨਾਮ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ਨੂੰ ਟਾਰਗੇਟ ਕੀਤਾ ਹੈ ਉਹ ਨਾਮ ਵੀ ਜ਼ਰੂਰ ਦਿਖਾਵਾਂਗੇ ਚਿੱਠੀ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਬੀ ਜੀ ਪੀ ਸਿਦਾਰਥ ਚਟੋਪਾਦਿਆ ਦੀ ਸਪੈਸ਼ਲ ਪਾਵਰਸ ਦਾ ਵੱਲੋਂਾਂ ਵੱਲੋਂ ਸਪੈਸ਼ਲ ਪਾਵਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਵਿਕਰਮ ਸਿੰਘ ਮਜੀਠੀਆ ਤੇ ਡਰੱਗ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਸੀ ਔਰ ਜਿਸ ਇਨਵੈਸਟੀਗੇਸ਼ਨ ਆਫੀਸਰ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਨੂੰ ਪ੍ਰਮੋਟ ਕਰ ਦਿੱਤਾ ਗਿਆ ਭਾਵ ਕਿ ਪੰਜਾਬ ਸਰਕਾਰ ਨੇ ਉਸ ਨੂੰ ਤੋਹਫਾ ਦਿੱਤਾ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਔਰ ਅਕਾਲੀ ਦਲ ਦੇ ਵੱਲੋਂ ਟਾਰਗੇਟ ਕੀਤਾ ਗਿਆ ਪੰਜਾਬ ਪੁਲਿਸ ਦੀ ਇਹੀ ਚਿੱਠੀ ਜਾਰੀ ਕਰਕੇ ਅਕਾਲੀ ਦਲ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਦੇ ਵਿੱਚ ਕੇਸ ਦਰਜ ਕਰਨ ਵਾਲੇ ਪੰਜਾਬ ਪੁਲਿਸ ਦੇ AIG ਬਲਰਾਜ ਸਿੰਘ ਦੇ ਪੁੱਤਰ ਪ੍ਰਿੰਸਜੀਤ ਸਿੰਘ ਨੂੰ SI ਤੋਂ ਪ੍ਰਮੋਟ ਕਰਕੇ ਇਨਸਪੈਕਟਰ ਲਗਾ ਦਿੱਤਾ ਗਿਆ ਅਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰਨ ਵਾਲਾ ਇਹ AIO ਭਾਵ ਕਿ ਇਨਵੈਸਟੀਗੇਸ਼ਨ ਆਫਿਸਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਮਿਲੀ ਹੈ ਵੱਡੀ ਖਬਰ ਔਰ ਪੰਜਾਬ ਪੁਲਿਸ ਦੀ ਇਹ ਚਿੱਠੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿਸ ਵਿੱਚ ਪ੍ਰਮੋਸ਼ਨਾਂ ਦਾ ਜ਼ਿਕਰ ਕੀਤਾ ਗਿਆ ਔਰ ਚੰਦ ਕਰ ਨਾਮ ਦਿੱਤੇ ਗਏ ਨੇ ਪੰਜ ਨਾਮ ਦਿੱਤੇ ਗਏ ਨੇ ਪਰ ਜੋ ਮੁੱਖ ਤੌਰ ਤੇ ਇਸ ਚਿੱਠੀ ਦੇ ਵਿੱਚ ਇੱਕ ਨਾਮ ਜਸੂ ਟਾਰਗੇਟ ਕੀਤਾ ਗਿਆ ਹੈ ਡੀਜੀਪੀ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਸਿਦਾਰਥ ਚਟੋਪਾਦਿਆ ਜੋ ਕਿ ਪਿਛੇ ਦੇ ਡੀਜੀਪੀ ਸੀਗੇ ਉਹਨਾਂ ਬਦਲ ਦਿੱਤੇ ਗਏ ਨੇ ਪੰਜਾਬ ਦੇ ਡੀਜੀਪੀ ਔਰ ਉਸ ਤੋਂ ਪਹਿਲਾਂ ਆਈਪੀਐਸ ਸਦਾਰ ਚਟੋਪਾデア ਡੀਜੀਪੀ ਸੀਗੇ ਉਹਨਾਂ ਵੱਲੋਂ ਸਪੈਸ਼ਲ ਪਾਵਰ ਦਾ ਇਸਤੇਮਾਲ ਕੀਤਾ ਗਿਆ ਸੀ ਔਰ ਪ੍ਰੋਮੋਸ਼ਨ ਜਿਹੜੀ ਹੋ ਦਿੱਤੀ ਗਈ ਹੈ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਆਪਣੀਆਂ ਸਪੈਸ਼ਲ ਪਾਵਰਸ ਦਾ ਇਸਤੇਮਾਲ ਕਰਦੇ ਹੋਏ اے ਆਈਜੀ ਬਲਰਾਜ ਸਿੰਘ ਦੇ ਪੁੱਤਰ ਪ੍ਰਿੰਸਜੀਤ ਸਿੰਘ ਨੂੰ ਐਸਆਈ ਤੋਂ ਪ੍ਰੋਮੋਟ ਕਰਕੇ ਇਨਸਪੈਕਟਰ ਲਗਾ ਦਿੱਤਾ ਗਿਆ ਤਾਂ ਵੱਡੀ ਖਬਰ ਇਹ ਹੈ ਕਿ ਅਕਾਲੀ ਦਲ ਨੇ ਟਾਰਗੇਟ ਕਰਕੇ ਇਹ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਚਿੱਠੀ ਵੱਡੇ ਭੇਦ ਖੋਲ ਰਹੀ ਹੈ ਔਰ ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਐਫ ਆਈ ਆਰ ਦਰਜ ਕਰਨ ਦਾ ਇਨਾਮ ਮਿਲਿਆ ਹੈ ਪ੍ਰਿੰਸਜੀਤ ਸਿੰਘ ਨੂੰ ਪ੍ਰਿੰਸਜੀਤ ਸਿੰਘ ਜੋ ਕਿ ਏ ਆਈ ਜੀ ਬਲਰਾਜ ਸਿੰਘ ਦੇ ਪੁੱਤਰ ਨੇ ਔਰ ਐਸ ਆਈ ਸੰਧ ਔਰ ਉਹਨਾਂ ਨੂੰ ਪ੍ਰੋਮੋਟ ਕਰ ਦਿੱਤਾ ਗਿਆ ਹੁਣ ਇਨਸਪੈਕਟਰ ਲਗਾ ਦਿੱਤਾ ਗਿਆ ਔਰ ਗਿਫਟ ਉਹਨਾਂ ਨੂੰ ਮਿਲਿਆ ਇਹ ਆਕਾਲੀ ਦਲ ਦਾ ਕਹਿਣਾ ਹੈ ਕਿ ਤੋਹਫਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਪ੍ਰਿੰਸਜੀਤ ਸਿੰਘ ਨੂੰ ਕਿਉਂਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੇ ਐਫਆਈਆਰ ਦਰਜ ਕੀਤੀ ਸੀ ਔਰ ਡਰੱਗ ਮਾਮਲੇ ਨੂੰ ਲੈ ਕੇ ਐਫਆਈਆਰ ਦਰਜ ਹੋਈ ਸੀ ਜਿਸ ਨੂੰ ਕੀ ਝੂਠਾ ਕਿਹਾ ਗਿਆ ਆਕਾਲੀ ਦਲ ਦੇ ਵੱਲੋਂ ਕਿ ਬੇਬੁਨਿਆਦ ਇਲਜ਼ਾਮ ਲਗਾਏ ਗਏ ਨੇ ਔਰ ਜਿਸ ਇਨਵੈਸਟੀਗੇਸ਼ਨ ਆਫੀਸਰ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ ਉਸ ਨੂੰ ਤੋਹਫਾ ਮਿਲਿਆ ਪ੍ਰੋਮੋਸ਼ਨ ਮਿਲੀ ਹੈ ਐਸਆਈ ਤੋਂ ਹੁਣੋਂ इंस्पेक्टर लगा देते गए ने ते ਹੁਣ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਰੇ ਸ਼ਮੂਹ ਨੇ ਕਾਲੀ ਦਲ ਕਿਹਾ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਤੇ ਐਫ ਆਈ ਆਰ ਦਰਜ ਕਰਨ ਦਾ ਤੋਹਫਾ ਪ੍ਰਿੰਸਜੀਤ ਸਿੰਘ ਨੂੰ ਮਿਲਿਆ ਕਿ ਉਹਨਾਂ ਨੂੰ ਐਸ ਆਈ ਤੋਂ ਇੰਸਪੈਕਟਰ ਲਗਾ ਦਿੱਤਾ ਗਿਆ